ਗੁਰਦਾਸਪੁਰ ਦੇ ਕਸਬੇ ਭੈਣੀ ਮੀਆਂ ਖਾਂ ਤੋਂ ਆਈ ਬੜੀ ਹੀ ਦੁਖਦਾਈ ਖਬਰ। ਸੁਮਨਪ੍ਰੀਤ ਕੌਰ ਪੁੱਤਰੀ ਅਮਰਜੀਤ ਸਿੰਘ ਪਿੰਡ ਨਾਨਕਸਰ ਬਾਕੜੀਆਂ ਦਾ ਤਾਏ ਦੇ ਪੁੱਤਰ ਨੇ ਹੀ ਕੀਤਾ ਬੇਦਰਦੀ ਨਾਲ ਕਤਲ। ਜ਼ਮੀਨ ਨੂੰ ਲੈ ਕੇ ਚੱਲ ਰਿਹਾ ਸੀ ਵਿਵਾਦ, ਜਿਹੜਾ ਕਿ ਮੌਤ ਦੇ ਅੰਜਾਮ ਤੱਕ ਪਹੁੰਚਿਆ। ਇੱਕੋ ਹੀ ਘਰ ਵਿੱਚ ਜੰਮੇ ਪਲੇ, ਪਰ ਫਿਰ ਵੀ ਭਰਾ ਨੂੰ ਤਰਸ ਨਾ ਆਇਆ। ਮਸਕਾ ਚਸਕਾ ਟਾਈਮ ਗੁਰਦਾਸਪੁਰ ਤੋਂ ਰਿਪੋਰਟਰ ਸੰਜੀਵ ਕੁਮਾਰ ਦੀ ਰਿਪੋਰਟ। ਇਹਦੇ ਤਾਏ ਦਾ ਪੁੱਤਰ ਸੀ, ਉਹ ਇਹਦੇ ਪਿਓ ਨੇ ਮਿਣ ਕੇ, ਮਤਲਬ ਮੈਂ ਆਪ ਇਹਨਾਂ ਦਾ ਫੈਸਲਾ ਕਰਕੇ ਆਇਆ, ਪੈਲੀ ਪੂਰੀ ਮਿਣ ਕੇ ਦੇ। ਸੋ 3 ਕਿੱਲੇ ਜਾਂ ਤਾਂ 2 ਮਰਲੇ ਘੱਟ ਸੀ, ਉਹਨੇ ਪੂਰੀ 3 ਕਿੱਲੇ ਮਿਣ ਕੇ ਦਿੱਤੀ। ਅਤੇ ਉਹ ਅੱਜ ਸਵੇਰੇ ਵੱਟ ਪਾ ਕੇ ਦਿੱਤੀ ਨਾਲ ਇੱਕ ਬੰਦਾ ਹੋਰ ਲੈ ਕੇ, ਅਤੇ ਉਹ ਵੱਟ ਨੂੰ ਉਹਨੇ ਮਨਜ਼ੂਰ ਨਹੀਂ ਕੀਤਾ। ਇਹਦਾ ਪਿਓ ਜਿਹੜਾ ਉਹ ਡਿਊਟੀ 'ਤੇ ਇੱਥੇ ਦੀਨਾ ਨਗਰ ਬੈਂਕ ਦੇ ਵਿੱਚ ਲੱਗਿਆ, ਪਟਿਆਲਾ ਬੈਂਕ 'ਚ, ਉਹ ਤਿਆਰ ਹੋਣ ਡਿਆ। ਉਹਨੇ ਬਾਹਰ ਵੱਟ ਵਾਰਤੀ, ਅਤੇ ਇਹ ਭੈਣ ਭਰਾ ਬਾਹਰ ਆਏ ਨੇ, ਇਹਦਾ ਭਰਾ ਅਤੇ ਇਹ ਨਾਲ ਪਿਓ ਆ ਗਿਆ ਮਾਂ ਨੇ, ਅਤੇ ਇਹ ਆਪਣੇ ਭਰਾ ਨੂੰ ਅਤੇ ਪਿਓ ਨੂੰ ਬਚਾਉਣ ਕਰਕੇ ਅਤੇ ਉਹ ਟਰੈਕਟਰ ਦੇ ਅੱਗੇ ਹੋਏ ਨੇ। ਉਹ ਟਰੈਕਟਰ 2 ਕਿੱਲਿਆਂ ਤੋਂ ਭਜਾ ਕੇ ਲਿਆਇਆ, ਅਤੇ ਇਹਦੇ ਭਰਾ ਦੇ ਅਤੇ ਪਿਓ ਦੇ ਚਾੜਨ ਪੈਂਦਾ ਸੀ, ਅਤੇ ਇਹ ਉਹ ਲਾਂਭੇ ਹੋ ਗਏ ਨੇ ਅੱਗੇ ਆ ਗਈ, ਅਤੇ ਇਹਦੇ ਉੱਤੋਂ ਵੀ ਟਰੈਕਟਰ ਚਾੜ ਦਿੱਤਾ ਉਹਨੇ, ਅਤੇ ਮਾਂ ਦੇ ਵੀ ਇੱਥੇ ਬਾਂਹ 'ਤੇ ਚੜਿਆ ਅਤੇ ਜੂਏ ਦੇ ਉੱਤੇ ਚਾੜਿਆ। ਹੋਰ ਵੀ ਕਿਹਦੇ ਸੱਟਾਂ ਲੱਗੀਆਂ? ਹਾਂਜੀ, ਮਾਂ ਦੇ ਅਤੇ ਮਾਂ ਦੇ ਲੱਗੀਆਂ। ਠੀਕ, ਹਾਂਜੀ। ਇਹ ਅੱਜ ਕਿੰਨੇ ਕੁ ਵਜੇ ਦੀ ਘਟਨਾ ਸਵੇਰੇ ਦੀ? ਇਹ ਸਵੇਰੇ 7 ਵਜੇ ਜੀ, 7-8 ਵਜੇ ਨਾਲ ਹੋਏਗੀ ਇੱਥੇ। ਅਤੇ ਡੈਥ ਕਿੰਨੇ ਕੁ ਵਜੇ ਹੋਈ ਆ? ਮੌਕਿਆਂ 'ਤੇ ਹੋ ਗਈ ਅਸੀਂ ਇੱਥੇ ਭੈਣੀ ਖੋਖਰ ਡਾਕਟਰ ਹਸਪਤਾਲ, ਉਹਦੇ ਕੋਲ ਲਿਹਾਜ਼ ਚੈੱਕ ਕਰਾਇਆ, ਉਹਨੇ ਨਹੀਂ ਮਰਵਾਉਣ ਦਾ ਵੀਰੇ ਹੋ ਗਏ ਨੇ, ਫਿਰ ਸਰਕਾਰੀ ਹੋਸਪਿਟਲ ਉਹਨਾਂ ਨੇ ਵੀ ਚੈੱਕ ਕੀਤਾ। ਹੁਣ ਇਹਨਾਂ ਦਾ ਪੋਸਟਮਾਰਟਮ ਕੀਤਾ ਜਾਵੇਗਾ? ਹਾਂਜੀ। ਅਤੇ ਤੁਸੀਂ ਕੀ ਮੰਗ ਕਰਦੇ ਹੋ ਹੁਣ, ਕੀ ਚਾਹੁੰਦੇ ਹੋ ਤੁਸੀਂ? ਅਸੀਂ ਆਉਂਦੇ ਹਾਂ ਵੀ ਉਹਨੂੰ ਪੂਰਾ ਜਿੰਨੇ ਇਹ ਕੰਮ ਕੀਤਾ ਉਹਨੂੰ, ਮਤਲਬ ਉੱਥੇ ਕੇਸ ਪੈਣਾ ਚਾਹੀਦਾ, ਪੂਰੀ ਕਾਰਵਾਈ ਹੋਏ ਉਹਦੀ। ਉਹਨੂੰ ਲੋਕਾਂ ਦੀ ਆਲੇ ਦੁਆਲੇ ਦੀ ਬਹੁਤ ਜ਼ਿਆਦਾ ਚੁੱਕਣਾ ਸੀ, ਜਿਹੜੀ ਆਪਣੇ ਚਾਚੇ ਨੂੰ ਵੇਖ ਨਹੀਂ ਸਕਦਾ, ਚਾਚੇ ਦੀ ਚੜ੍ਹਾਈ ਇਸ ਕਰਕੇ ਉਹਨੂੰ ਨਹੀਂ, ਮਤਲਬ ਉਹਦੇ ਨਾਲ ਠੀਕ ਰਹਿੰਦਾ ਧੀ ਆਪਦਾ ਜਿਹੜਾ। ਹੁਣ ਇਹਨਾਂ ਨੂੰ ਪੂਰਾ ਆਪਣਾ ਹੱਕ ਮਿਲਣਾ ਚਾਹੀਦਾ ਵਾ, ਉਹਦੀ ਪੂਰੀ ਉਹਦੇ ਨਾਲ ਕਾਰਵਾਈ ਕੀਤੀ ਜਾਏ, ਉਹਨੂੰ ਜਿਹੜਾ ਇਹਨੇ ਇਹ ਕੰਮ ਕੀਤਾ ਉਹਦਾ ਇਹਦਾ ਮਤਲਬ ਪੂਰਾ ਉਹਦਾ ਬਦਲਾ ਲਿਆ ਜਾਏ।